ਵਾਕਤਾ ਦੋਸਤੋ ਤੁਹਾਡੇ ਆਪਣੇ YouTube ਚੈਨਲ ਨਿਊਜ਼ ਰਾਜ ਫਰਮ ਦੇ ਵਿੱਚ ਸੋ ਸਭ ਤੋਂ ਪਹਿਲਾਂ ਬਲਾਉਣੇ ਆ ਫਤੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੋ ਕਿਸਾਨ ਵੀਰੋ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਆਪਾਂ ਜਿਹੜਾ ਨੀਲੀ ਦਾ ਵੀ ਉੱਪਰ ਕਾਫੀ ਸਮੇਂ ਤੋਂ ਜਿਹੜਾ ਕੰਮ ਕਰਦੇ ਆ ਰਹੇ ਆ ਤਾਂ ਅੱਜ ਦੋਸਤੋ ਸਾਹਮਣੇ ਸਕਰੀਨ ਉੱਪਰ ਚੱਲ ਰਹੀਆਂ ਜਿਹੜੀਆਂ ਦੋ ਕਟੀਆਂ ਤੁਹਾਡੇ ਸਾਹਮਣੇ ਲੈ ਕੇ ਪਹੁੰਚੇ ਆ ਮਹਲੋ ਟੇਡਾ ਕਟ ਤੇ ਚਟਾਮੂ ਸੋ ਦੇਖ ਸਕਦੇ ਆ ਸਾਹਮਣੇ ਤੁਸੀਂ ਦੋਸਤੋ ਜਿਹੜੀਆਂ ਕਟੀਆਂ ਵਾਂ ਨੀਲੀ ਰਵੀ ਦੇ ਵਿੱਚ ਟਰੈਕਟਰ ਸਾਰੇ ਪੂਰੇ ਕਰਦੀਆਂ ਵਾਂ ਬਾਕੀ ਦੋਸਤੋ ਆਪਾਂ ਹਰ ਵਾਰ ਕੋਈ ਨਾ ਕੋਈ ਨਵੇਂ ਤੋਂ ਨਵਾਂ ਨਗੀਨਾ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਬਾਕੀ ਜੇ ਦੇਖਿਆ ਜਾਵੇ ਤਾਂ ਦੋਸਤੋ ਜਿਹੜੀ ਕੱਟੀ ਨੂੰ ਅੱਖ ਲੱਗੀ ਆ ਜਿਵੇਂ ਦੀਵੇ ਵਾਂਗੂ ਦੀਵਾ ਜਗਦਾ ਹੁੰਦਾ ਤਾਂ ਮਣਕਣੀ ਅੱਖ ਇਦਾਂ ਦੂਰ ਤੱਕ ਚੌਂਕਾ ਮਾਰਦੀ ਆ ਦੋਸਤੋ ਦੇਖ ਸਕਦੇ ਸਾਹਮਣੇ ਜਿਹੜਾ ਕੋਹਾ ਵਾ ਦੋਸਤੋ ਸੁਰਖ ਗੁਲਾਬੀ ਰੰਗ ਦਾ ਕੋਹਾ ਵਾ ਤੇ ਸਿੰਘ ਦੀ ਕੁਆਲਿਟੀ ਜਿਹੜੀ ਬੜੀ ਉੱਚ ਕੁਆਲਿਟੀ ਆ ਦੇਖ ਸਕਦੇ ਸਾਹਮਣੇ ਤੁਸੀਂ ਬਿਲਕੁਲ ਨਿੱਕਾ ਸਿੰਘ ਆ ਦੋਸਤੋ ਚੀਜੀ ਚੀਜੀ ਵੀ ਮੰਨ ਲਓ ਵੀ ਮੋਟੀ ਉਹ ਜਿੰਨਾ ਪਤਲਾ ਸਿੰਘ ਆ ਇਹਦਾ ਤਾਂ ਉਮਰ ਦੀ ਜੇ ਗੱਲ ਕੀਤੀ ਜਾਵੇ ਤਾਂ ਦੋਸਤੋ ਮੇਰੇ ਹਿਸਾਬ ਨਾਲ ਇਹ ਕੋਈ 13-14 ਮਹੀਨਿਆਂ ਦੀ ਫੱਟ 15 ਮਹੀਨਿਆਂ ਦੀ ਕੱਟੀ ਆ ਤੇ ਮਾਪੇ ਕਿਉਂਕਿ ਆਪਣਾ ਦੋਸਤੋ ਸੇਲ ਪਰਚੇਜ਼ ਦਾ ਕੰਮ ਆ ਮਾਪੇ ਜਿਹੜਾ ਤੁਹਾਨੂੰ ਲੱਗਦਾ ਉਸ ਦਾ ਸਮਝ ਕੇ ਤੁਸੀਂ ਬੱਚਾ ਖਰੀਦ ਸਕਦੇ ਆ ਬਾਕੀ ਹੈ ਕਿਸੇ ਚੰਗੇ ਸਾਨ ਦੀ ਕੋਈ ਚੰਗੀ ਕਰਤੂਤ ਦੀ ਮਾਲਕਣ ਹੈਗੀ ਆ ਦਿਖੀ ਜਾਂਦੀ ਆ ਕਿਉਂਕਿ ਮਾਪੇ ਚੰਗਾ ਹੋ ਤੇ ਤਾਂ ਹੀ ਬੱਚਾ ਗਾ ਚੰਗਾ ਹੋਊਗਾ ਬਾਕੀ ਦੋਸਤੋ ਤੁਸੀਂ ਸੂਝਵਾਣਾ ਸਿਆਣੇ ਆ ਨਿਰਖ ਵਰਖ ਤੁਸੀਂ ਆਪ ਕਰਕੇ ਡੰਗਰ ਖਰੀਦਦੇ ਨਾ ਵਾ ਤਾਂ ਜੇ ਇਹਦੀ ਆਪਾਂ ਮਿਲਕਵੇਨ ਦੀ ਗੱਲ ਕਰੀਏ ਤਾਂ ਦੋਸਤੋ ਉਹ ਵੀ ਆਵੇ ਦੇਖੋ ਤੁਹਾਨੂੰ ਦੂਰੋਂ ਦਿਖਾਉਣਾ ਕਿ ਬਿਲਕੁਲ ਜਿਹੜਾ ਮਿਲਕਵੇਨ ਪੈਪ ਮੋਟੀ ਜਾਂਦੀ ਆ ਬਾਕੀ ਪਤਲੇ ਪਿੰਡੇ ਦੀ ਕੱਟੀ ਆ ਦੋਸਤੋ ਫਿੱਕੀ ਲਿੱਸੀ ਜ਼ਰੂਰ ਆ ਕਿਉਂਕਿ ਗਰਮੀ ਚ ਅਕਸਰ ਹੀ ਪਸ਼ੂ ਦੋਸਤੋ ਫਿੱਕੇ ਹੋ ਜਾਂਦੇ ਆ ਥੋੜੇ ਜੇ ਬਾਕੀ ਆਡਰ ਦੀ ਜੇ ਝਾਤ ਮਰਾਵਾ ਦਾ ਆਡਰ ਬਹੁਤ ਵਧੀਆ ਲੱਗਾ ਚਾਰੇ ਥਣ ਪੀੜੀ ਦੇ ਪਾਗਾਂ ਨੂੰ ਕੱਲੇ ਕੱਲੇ ਆ ਦੋਸਤੋ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੇ ਆਡਰ ਦੀ ਮਾਲਕਨ ਬਣੂਗੀ ਕਿਸੇ ਦਿਨ ਨੂੰ ਕਰਮਾ ਲਈ ਇਹ ਤਾਂ ਜੇ ਕਿਸੇ ਵੀਰ ਨੂੰ ਇਹ ਕੱਟੀ ਪਸੰਦ ਆਉਂਦੀ ਆ ਤੋ ਆਪਣੇ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਜਿਹੜਾ ਹੈਗਾ ਵਾ 84276 4103 8427641030 ਤੇ ਤੁਸੀਂ ਕਾਲ ਕਰ ਸਕਦੇ ਆ ਤਾਂ ਇੱਕ ਇਧਰ ਹਲਕੇ ਜਿਹੇ ਮੋਲ ਦੀ ਕਈ ਵੀ ਕਹਿੰਦੇ ਸੀਗੇ ਛੋਟੇ ਕਿਸਾਨ ਵੀਰ ਜਿਹੜੇ ਆ ਸ਼ੌਂਕ ਰੱਖਦੇ ਨੀਲੀ ਦਾ ਵੀ ਅੱਜ ਕੱਲ ਆਪਾਂ ਨੂੰ ਵੀ ਪਤਾ ਕਿ ਮੱਝ ਬਹੁਤ ਮਹਿੰਗੀ ਤੇ ਕੱਟੀ ਦਾ ਉਹਦੀ ਉਦੋਂ ਮਹਿੰਗੀ ਹੋ ਜਾਂਦੀ ਕਈ ਵਾਰੀ ਪਰ ਆਪਾਂ ਉਹਨਾਂ ਵੀਰਾਂ ਦੀ ਇੱਕ ਜਿੱਦਾਂ ਮੰਗ ਨੂੰ ਪੂਰੇ ਕਰਦੇ ਹੋਏ ਤਾਂ ਸਾਹਮਣੇ ਸਾਲਕ ਦਾ ਬੱਚਾ ਬੜੇ ਸਸਤੇ ਰੇਂਜ ਦਾ ਜਿਹੜਾ ਲਿਆ ਕੇ ਦਿੱਤਾ ਮਾਪੇ ਵਾਲੇ ਪੱਖ ਤੋਂ ਚੰਗੀ ਆ ਦੋਸਤੋ ਪਰ ਬਲੱਡਲੈਂਡ ਜਿਹੜੀ ਆ ਬਹੁਤੀ ਜਿਆਦਾ ਚੰਗੀ ਆ ਇਹ ਗੁਜਰਾں ਤੋਂ ਕੱਟੀ ਆਪਾਂ ਲੈ ਕੇ ਆਏ ਸੀ ਵੀਰ ਤਾਂ ਉਹਨਾਂ ਦੀ ਬਲੱਡਲੈਂਡ ਚ ਇਹ ਕੱਟੀ ਆ ਤਾਂ ਚੌੜਾ ਪਟਾ ਮਣਕਣੀ ਅੱਖ ਦੇਖ ਸਕਦੇ ਤੁਸੀਂ ਸਾਹਮਣੇ ਬਿਲਕੁਲ ਜਿਹੜੀਆਂ ਅੱਖਾਂ ਪੂਰੀਆਂ ਚਮਕਦੀਆਂ ਪਈਆਂ ਕੱਟੀ ਦੀਆਂ ਚਾਰੇ ਪੈਰ ਬਿਲਕੁਲ ਚਿੱਟੇ ਆ ਜੈਜ ਮਾਰਕਿੰਗ ਦੇ ਵਿੱਚ ਤਾਂ ਤਿੰਨਾਂ ਦੇ ਤਾਂ ਪੂਰੇ ਨਿਸ਼ਾਨ ਆ ਇੱਕ ਦੇ ਵਾਲ ਚਿੱਟੇ ਆ ਤਾਂ ਆਰਡਰ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਇਹਦਾ ਵੀ ਜਿਹੜਾ ਆਰਡਰ ਲੱਗਾ ਵਾ ਬਾਗਮਾਲ ਦਾ ਲੱਗਾ ਕਿਸੇ ਦਿਨ ਨੂੰ ਕਰਮਾਂ ਲਈ ਜਦੋਂ ਤਿਆਰ ਹੋਊਗੀ ਤਾਂ ਕੋਈ ਚੰਗਾ ਹੀਰਾ ਬਣ ਕੇ ਚਮਕੂਗੀ ਆ ਦੇਖ ਸਕਦੇ ਸਾਹਮਣੇ ਤੁਸੀਂ ਜਿਹੜੇ ਇਹਦੇ ਥਾਣਾ ਤੁਹਾਨੂੰ ਦੂਰੋਂ ਝਾਤ ਮਰਾਉਣਾ ਬਹੁਤ ਸੋਹਣਾ ਆ ਸਾਲ ਇੱਕ ਦੀ ਕੱਟੀ ਦੇ ਆ ਥਣ ਜਿਹੜੇ ਇੰਨੀ ਦੱਸਦੇ ਨਹੀਂ ਹੁੰਦੇ ਦੋਸਤੋ ਪਰ ਚੰਗੀ ਆ ਜਿੰਨੀ ਯੋਗੀ ਹੈਗੀ ਆ ਸੋਹਣੀ ਕੱਟੀ ਤਿਆਰ ਹੋਊਗੀ ਕਿਸੇ ਦਿਨ ਨੂੰ ਤਾਂ ਜੇ ਕਿਸੇ ਵੀਰ ਨੂੰ ਇਹ ਜੋੜਾ ਪਸੰਦ ਆਉਂਦਾ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਵਾ ਤਾਂ ਇਹ ਗੱਲ ਕੀਤੀ ਜਾਵੇ ਇਹਦੀ ਵੀ ਮਿਲਕ ਵੇਨ ਦੇਖ ਸਕਦੇ ਸਾਹਮਣੇ ਤੁਸੀਂ ਦੂਰੋਂ ਪਿੰਡਾ ਬਹੁਤ ਜ਼ਿਆਦਾ ਪਤਲਾ ਦੋਸਤੋ ਦੁੱਧ ਚੰਗਾ ਗੱਡੂ ਇਹਦੇ ਮਾਪੇ ਬ ਦੀ ਦੋਸਤੋ ਜਿੱਥੋਂ ਆਪਾਂ ਲੈ ਕੇ ਆਂਦੀ ਸੀ ਫੋਟੋ ਵੀ ਹੈਗੀ ਆਪਣੇ ਕੋਲੇ ਤਾਂ ਜੇ ਕਿਸੇ ਨੇ ਫੋਟੋ ਉਹ ਵੀ ਵੇਖਣੀ ਹੋਵੇ ਤਾਂ ਉਹ ਵੀ ਆਪਾਂ ਦਿਖਾ ਦਾਂਗੇ ਬਹੁਤ ਚੰਗੀ ਬਲੱਡ ਲਾਈਨ ਚ ਆ ਜਿਹੜਾ ਇਹਦਾ ਬਾਪ ਆ ਤਾਂ ਦੇਖ ਸਕਦੇ ਆ ਸਾਹਮਣੇ ਤੁਸੀਂ ਜੇ ਕਿਸੇ ਵੀਰ ਨੂੰ ਇਹ ਪਸੰਦ ਆਉਂਦੀਆਂ ਦੋਨੋਂ ਕਟੀਆਂ ਤਾਂ ਉਹ ਆਪਣੇ ਨਾਮ ਪਰ ਕਰ ਸਕਦਾ ਕਿਉਂਕਿ ਦੋਸਤੋ ਨਿਰਖ ਵਰਖ ਤੁਸੀਂ ਆਪਣੀ ਤੁਹਾਡੇ ਨਾਲ ਕੋਈ ਤੱਕਾ ਨਹੀਂ ਜੇ ਤੁਹਾਨੂੰ ਕੋਈ ਡੰਗਰ ਪਸੰਦ ਆਉਂਦਾ ਵਾ ਦੋਸਤੋ ਤਾਂ ਖਰੀਦ ਸਕਦੇ ਆ ਜੇ ਤੁਹਾਨੂੰ ਕੋਈ ਕੁਆਲਿਟੀ ਲੱਗਦੀ ਆ ਤਾਂ ਜਰੂਰ ਜੇ ਤੁਹਾਨੂੰ ਲੱਗਦਾ ਕਿ ਕਮੀ ਪਈ ਛੀ ਜ਼ਿਆਦਾ ਦੋਸਤੋ ਕੋਈ ਗੱਲ ਨਹੀਂ ਹੋਰ ਵੀ ਬਥੇਰੀਆਂ ਵੀਡੀਓ ਆਉਂਦੀਆਂ ਤੁਸੀਂ ਉਹਨਾਂ ਤੋਂ ਹੀ ਬਚਾ ਕੋਈ ਖਰੀਦ ਸਕਦੇ ਬਾਕੀ ਕੱਟੀ ਬਹੁਤ ਸੋਹਣੀ ਆ ਮੇਰੇ ਹਿਸਾਬ ਨਾਲ ਤਾਂ ਜਿੱਦਣ ਤਿਆਰ ਹੋਈਆਂ ਦਾ ਦੋਨੋਂ ਕਟੀਆਂ ਹੀ ਚੰਗਾ ਯਾਨੀ ਕਿ ਮਿਲ ਕੇ ਰਿਕਾਰਡ ਬਣਾਉਣਗੀਆਂ ਧੰਨਵਾਦ ਵੀਡੀਓ ਦੇਖਣ ਲਈ ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ